ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਪਨਾਮਾ ਬਾਈ, ਇੱਧਰ ਇੱਕ ਸੁੱਖਾ ਬਾਈ, ਇੱਧਰ ਇੱਕ ਨਵਾਂ ਬੰਦਾ ਆਇਆ ਸ਼ੰਕਰ, ਵਕੀਲ ਦੀ ਜਗ੍ਹਾ ਨਵਾਂ ਬੰਦਾ ਆਇਆ ਅੱਜ, ਇਹ ਸੱਪ ਫੜੂਗਾ, ਇਹ ਅੱਜ ਇਹ ਸਪੇਰਾ ਫੜ ਲੈਂਦਾ ਸਪੇਰਾ, ਉੱਧਰ ਅਸ਼ੋਕ ਲੱਗਿਆ ਹੋਇਆ। ਜੋ ਅੱਜ ਦੀ ਗੱਲ ਹੈ, ਅੱਜ ਦੀ ਗੱਲ ਹੈਗੀ ਆ ਵੀ ਕਹਿੰਦੇ ਆ ਜਿਹਦਾ ਕੰਮ ਉਹਨੂੰ ਇਹ ਸਾਜੇ। ਜੇ ਹੁਣ ਮੈਂ ਮਿਸਤਰੀ ਦਾ ਕੰਮ ਨਹੀਂ ਕਰ ਸਕਦਾ ਹੈਗਾ, ਹੁਣ ਨਾਮਾ ਬਾਈ ਜੇ ਇਹਨੂੰ ਕਹਿੰਦਾ ਜਾਂ ਕੈਮਰਾ ਫੜ ਕੇ ਤੂੰ ਕੈਮਰਾ ਅੱਗੇ ਬੋਲ, ਇਹ ਨਹੀਂ ਬੋਲ ਸਕਦਾ ਹੈਗਾ। ਅਤੇ ਚਲੋ ਤੁਹਾਨੂੰ ਇੱਕ ਮੈਂ ਗੱਲ ਸੁਣਾਉਂਦਾ ਇਸ ਇਸ ਦੇ ਅਕੋਰਡਿੰਗ ਹੀ। ਇੱਕ ਜੱਟ ਹੁੰਦਾ, ਇੱਕ ਬਾਣੀਆ ਹੁੰਦਾ। ਹੁਣ ਜਿਹੜਾ ਜੱਟ ਆ ਦੇਖੋ ਆਪਣਾ ਕੰਮ ਕਾਰ ਕਰਕੇ ਖੁਸ਼ ਬੜਾ, ਉਹ ਜਿਹੜਾ ਬਾਣੀਆ ਦੇਖਦਾ ਉਹਦੇ ਵੱਲ ਵੀ ਆਹ ਜੱਟ ਕਿੰਨਾ ਖੁਸ਼ ਆ, ਮੈਂ ਵੀ ਆਹ ਜਿਹੜਾ ਬਾਣ ਪਿੰਡੇ ਦਾ ਕੰਮ ਇਹ ਵੀ ਛੱਡ ਦੇਵਾਂ, ਮੇਰੀ ਦੁਕਾਨਦਾਰੀ ਛੱਡਾਂ, ਮੈਂ ਵੀ ਜੱਟ ਮੰਗੋ ਖੇਤੀ ਕਰਨ ਲੱਗ ਜਾਵਾਂ। ਅਤੇ ਉਹ ਜੱਟ ਨੂੰ ਕਹਿੰਦਾ ਯਾਰ ਮੈਂ ਵੀ ਖੇਤੀ ਕਰਨੀ ਆ, ਚੱਲ ਆਪਾਂ ਹਿੱਸਾ ਪੱਤੀ ਪਾ ਲੈਂਦੇ ਹਾਂ ਜੇ ਆਪਾਂ ਖੇਤੀ ਕਰਦੇ ਹਾਂ। ਚੱਲ ਜੱਟ ਕਹਿੰਦਾ ਭਾਈ ਚੱਲ ਕਰ ਲੈਂਦੇ ਹਾਂ, ਜੋ ਵੀ ਕਹਿੰਦਾ ਫਸਲ ਹੋਏਗੀ ਤਾਂ ਵਾਧੂ ਅਧ ਕਾਲੇ ਕਰਾਂਗੇ, ਅਤੇ ਜੋ ਵੀ ਕਹਿੰਦਾ ਫਸਲ ਵਾਧੂ ਅਧ ਕਾਲੇ ਕਰਾਂਗੇ। ਜੱਟ ਭਾਈ ਚੱਲ ਕਹਿੰਦਾ ਅੱਧੋ ਅੱਧ ਕਾਲੇ ਕਰਾਂਗੇ। ਜੱਟ ਨੇ ਭਾਈ ਆਲੂ ਬੀਜ ਲਏ, ਪਾਣੀ ਪੂਣੀ ਲਾਇਆ, ਹੋ ਗਏ ਬੜੇ ਭਾਈ ਜੀ ਨੇ ਟਾਈਮ 'ਚ ਲਾਇਆ, ਛੇ ਚਾਰ ਪੰਜ ਮਹੀਨੇ 'ਚ ਬੜੇ ਬੜੇ ਹੋ ਗਏ। ਹਾਂਜੀ ਬਾਣੀਆ ਸਾਹਿਬ ਕਹਿੰਦਾ, ਫਿਰ ਜੱਟ ਕਹਿੰਦਾ ਹਾਂਜੀ ਬਾਣੀਆ ਸਾਹਿਬ ਦੱਸੋ ਤੁਹਾਨੂੰ ਕਿਆ ਚੀਜ਼ ਚਾਹੀਦੀ ਆ। ਜ਼ਮੀਨ ਦਾ ਆਲੂ ਥੱਲੇ ਵਾਲੇ ਨਾ ਉੱਪਰਲਾ ਭਾਗ ਚਾਹੀਦਾ ਕਿ ਥੱਲੇ ਵਾਲਾ ਭਾਗ ਚਾਹੀਦੇ ਆ? ਬਾਣੀਆ ਕਹਿੰਦਾ ਵੀ ਧਰਤੀ ਵਾਲਾ, ਧਰਤੀ ਵਾਲਾ ਥੱਲੇ ਵਾਲਾ ਪਾਸਾ ਚਾਹੀਦਾ ਉੱਪਰਲਾ ਪਾਸਾ? ਬਾਣੀਆ ਕਹਿੰਦਾ ਚੱਲ ਮੈਨੂੰ ਉੱਪਰਲਾ ਪਾਸਾ ਦੇ ਦੇ, ਥੱਲੇ ਵਾਲਾ ਪਾਸਾ ਤੇਰਾ। ਚੱਲ ਭਾਈ ਜੱਟ ਬਾਣੀ ਨੂੰ ਕਹਿੰਦਾ ਭਾਈ ਵੱਢ ਲੈ ਜਾ ਆਪਣਾ ਉੱਪਰ ਉੱਪਰਲਾ ਹਿੱਸਾ। ਦੂਜੇ ਦਿਨ ਜੱਟ ਕਿਆ ਕਰਦਾ, ਟਰੈਕਟਰ ਜੋੜਦਾ, ਹਲ ਮਾਰਦਾ, ਆਪਣੇ ਆਲੂ ਇਕੱਠੇ ਕਰਕੇ ਘਰ ਨੂੰ ਲੈ ਜਾਣਾ। ਬਾਣੀਆ ਕਹਿੰਦਾ ਯਾਰ ਧੋ ਮੇਰਾ ਹੋ ਗਿਆ, ਦੇਖਦਾ ਰਹੇ ਮੇਰਾ ਧੋਖਾ ਹੋ ਗਿਆ ਮੇਰੇ ਨਾਲ ਤਾਂ। ਚੱਲ ਟਾਈਮ ਪਾਉਂਦਾ ਜੱਟ, ਫਿਰ ਕਣਕ ਬੀਜ ਲੈਂਦਾ, ਕਣਕ ਭਾਈ ਪਾਣੀ ਪੂਣੀ ਲਾਉਂਦਾ, ਉਹ ਵੀ ਨਾਲ ਪਾਣੀ ਲਾਉਂਦਾ, ਅੱਧੋ ਅੱਧ ਇੱਕ ਵਾਰ ਟਾਈਮ ਪਾਣੀ ਉਹ ਛੱਡਦਾ, ਇੱਕ ਟਾਈਮ ਬਾਣੀਆਂ ਛੱਡਦਾ, ਇੱਕ ਟਾਈਮ ਜੱਟ ਛੱਡਦਾ, ਭਾਈ ਕਣਕ ਬੜੀ ਬੜੀ ਹੋ ਜਾਂਦੀ ਹੈ। ਫਿਰ ਜੱਟ ਹਾਕ ਮਾਰਦਾ, ਆ ਭਾਈ ਬਾਣੀਆ ਸਾਹਿਬ ਹੁਣ ਤੈਨੂੰ ਕਿਆ ਚੀਜ਼ ਚਾਹੀਦੀ ਆ, ਥੱਲੜਾ ਭਾਗ ਚਾਹੀਦਾ ਕਿ ਉੱਪਰਲਾ ਭਾਗ ਚਾਹੀਦਾ? ਬਾਣੀਆ ਕਹਿੰਦਾ ਉਹ ਮਰਾ ਗਿਆ, ਹੁਣ ਤੂੰ ਮੈਨੂੰ ਥੱਲੜਾ ਭਾਗ ਦੇ ਉੱਪਰਲਾ ਭਾਗ ਤੇਰਾ। ਚੱਲ ਜੱਟ ਜਾਂਦਾ ਆਪਣੇ 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 ਮੁੰਜਾ ਜੋ ਬੱਲਾਂ ਹੁੰਦੇ ਵੱਢ ਕੇ ਲੈ ਜਾਂਦਾ, ਬਾਣੀ ਨੂੰ ਕਹਿੰਦਾ ਭਾਈ ਲੈ ਵੱਢ ਲੈ ਜਾ ਆਪਣੀ ਹੁਣ ਤੂੜੀ ਘਰ ਨੂੰ। ਸਮਝ ਗਏ ਗੱਲ? ਕਹਿੰਦੇ ਜਿਹਦਾ ਕੰਮ ਉਹਨੂੰ ਇਹ ਸਾਜੇ। ਹੁਣ ਜੇ ਜੱਟ ਖੇਤੀ ਕਰਦਾ ਤਾਂ ਉਹਨੂੰ ਜੱਟ ਨੂੰ ਪਤਾ, ਠੀਕ ਹੈ। ਜੇ ਹੁਣ ਜੇ ਜੱਟ ਕਹੇ ਮੈਂ ਬਾਣੀ ਵਾਲਾ ਕੰਮ ਕਰ ਲਵਾਂ, ਨਹੀਂ ਜੱਟ ਤੇ ਹੁੰਦਾ ਹੈਗਾ, ਨਹੀਂ ਹੁੰਦਾ ਹੈਗਾ। ਜਿੱਦਾਂ ਚਾਹ ਪਲੂਸੀ ਕਰਦਾ, ਆਓ ਜੀ ਆਹ ਠੰਡਾ ਪੀਓ ਜੀ, ਹੁਣ ਕਿੱਦਾਂ ਕੁੰਡੀ ਲਾਉਂਦੇ ਜੱਟਾਂ ਨੂੰ, ਇੱਦਾਂ ਹੀ ਆ। ਜਿਹਦਾ ਕੰਮ ਉਹਨੂੰ ਇਹ ਸਾਜੇ, ਜਿਹੜੇ ਕੰਮ 'ਚ ਤੁਸੀਂ ਮਾਹਿਰ ਆ ਬਸ ਉਹ ਕਰੋ, ਹੋਰ ਪੁੱਠੇ ਪਾਸੇ ਨਾ ਪੰਗੇ ਲਓ। ਇੱਕ ਹੋਰ ਵੀ ਆ ਕਹਿੰਦਾ ਜਿਹੜੇ ਰਾਹ ਦਾ ਪਤਾ ਨਾ ਹੋਵੇ ਉਹਨੂੰ ਨਾ ਜਾਈਦਾ ਹੁੰਦਾ, ਉਹਨੂੰ ਰਸਤੇ ਨੂੰ ਨਾ ਜਾਓ। ਜੇ ਹੁਣ ਤੁਹਾਨੂੰ ਰਸਤੇ ਦਾ ਪਤਾ ਹੀ ਨਹੀਂ ਹੈਗਾ, ਤੁਸੀਂ ਜੰਗਲਾਂ 'ਚ ਫਸ ਜੂਗੇ ਜਾ ਕੇ, ਜਿਹੜੇ ਰਸਤੇ ਤੁਹਾਨੂੰ ਪਤਾ ਉਹ ਰਸਤੇ ਨੂੰ ਚਲੋ। ਚਲੋ ਅੱਜ ਦੀ ਵੀਡੀਓ ਇੱਥੇ ਤੱਕ ਸੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਦੋ ਬੰਦੇ ਹੋਰ ਵੀ ਆ ਰਹੇ, ਤੁਹਾਨੂੰ ਉਹਨਾਂ ਨੂੰ ਵੀ ਮਿਲਾਉਂਦਾ ਮੈਂ। ਚਲੋ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਬੂਮ।